ਮਨ ਹਜ਼ਾਰ ਨੇ ਅੱਲਾ ਦੇ ਰਸੂਲ ਫਰਮਾਇਆ ਕਿ ਦੀਨ ਸਾਰਾ ਹਜ਼ਾਰ ਦਾ ਨਾਂ ਹੀ, ਜਦੋਂ ਹਜ਼ਾਰ ਜਾਂਦੀ ਰਹਿੰਦੀ ਹਜ਼ਾਰ ਉਹ ਨਹੀਂ ਮੂੰਹ ਢੱਕਦਾ ਹੀ ਤੁਰੇ ਫਿਰੋ, ਹਜ਼ਾਰ ਗੁਣਾਂ ਤੋਂ ਝਿਜਕਣ ਮੰਨਦੇ ਆ, ਜਿੰਨਾ ਚਿਰ ਝਿਜਕਿਆ ਕਿ ਕੰਮ ਨਹੀਂ ਕਰਨਾ ਉਹਨਾਂ ਚਿਰ ਹੀ ਦੀਨ ਹੈ। ਜਦੋਂ ਬੇਸ਼ਰਮ ਹੋ ਜਾਵੇ ਆਦਮੀ, ਢੀਠ ਬਲੇਰੀ ਨਾਲ ਕਰਨ ਲੱਗ ਪਏ, ਸਭ ਕੁਝ ਤਬਾਹ ਹੋ। ਅਤੇ ਇਹ ਵੀ ਪਰਚਾ ਜਿਹੜਾ ਹੈ ਮੇਰੇ ਵੀਰ ਸਾਰੇ ਲੈ ਕੇ ਜਾਓ, ਬੱਚਿਆਂ ਤੱਕ ਪਹੁੰਚਾਓ, ਬਲਕਿ ਆਹ ਵੀ ਪੜ੍ਹੋ, ਬੇਹਜਾਈ ਦੇ ਤੂਫਾਨ ਦੀ ਸ਼ਕਲ ਇਖਤਿਆਰ ਕਰੀ। ਹੁਣ ਇੱਕ ਛੋਟੀ ਜਿਹੀ ਗੱਲ ਜਿਹੜੀ, ਹੜ੍ਹ ਆ ਗਿਆ, ਬਹਿ ਰਿਹਾ ਹਰ ਘਰ ਬਹਿ ਰਿਹਾ, ਔਰ ਜ਼ਰਾਏ ਬਲਾਗ ਔਰ ਸਾਰੇ ਜਿਹੜੇ ਅਖਬਾਰ ਸਾਲਿਆਂ ਦਾ ਕੰਮ ਹੀ ਇਹ ਹੈ ਕਿ ਬਸ ਦੀਨ ਜਿਹੜਾ ਇਹਦਾ ਬਰਬਾਦੀ ਹੈ, ਤਬਾਹੀ ਕਰਤੀ ਜਾਏ। ਕਿਧਰੇ ਹਜ਼ੂਰ ਬਿਲ ਤਰਮੀਮਾਂ ਹੁੰਦੀਆਂ, ਤਰਮੀਮਾਂ ਕੋਈ ਔਰਤਾਂ ਦੇ ਹਕੂਕ ਦੀਆਂ ਗੱਲਾਂ ਨੇ, ਸਾਰੇ ਐਵੇਂ ਬਹਾਨੇ ਅਤੇ ਲੋਕਾਂ ਸਾਰਿਆਂ ਨੂੰ ਪਤਾ, ਕੋਈ ਬੇਵਕੂਫ ਆਦਮੀ ਨਹੀਂ ਜਿਹੜਾ ਨਹੀਂ ਜਾਣਦਾ ਮਕਸਦ ਕੀ ਹੈ। ਮੈਂ ਲੋਕਾਂ ਨੂੰ ਫਰੀ ਛੁੱਟੀ ਦੇਤੀ ਜਾਵੇ, ਜੋ ਮਰਜ਼ੀ ਕਰਦੇ ਫਿਰ, ਬੱਚੇ ਬੱਚੀਆਂ ਪਕੜ ਦਕੜ ਹੋਵੇ ਕੋਈ ਨਾ, ਬਹਾਨੇ ਬਣਾ ਲੈਂਦੇ, ਪੁਲਿਸ ਆ ਕਰਦੀ, ਪੁਲਿਸ ਅੱਗੇ ਜੱਜ ਵੀ ਇਹੀ ਕਰਦੇ, ਜੱਜਾਂ ਕੋਲ ਜਾਂਦੇ, ਜੱਜ ਕੋਠੀਆਂ ਚੱਲ ਕੇ ਜਰਾਹ ਕਰਦੇ, ਅਖਬਾਰਾਂ ਚਾਹੁੰਦੇ, ਕੋਈ ਹੱਲ ਨਹੀਂ ਹੈ। ਵਿਆਹ ਹਟਾ ਦਿਓ ਤਾਂ ਸਾਰਾ ਢੌਂਗ ਹੈ। ਅਸਲ ਮਸਲਾ ਤਾਂ ਇਹ ਵੀ ਜਿੰਨਾ ਚਿਰ ਅੱਲਾ ਦਾ ਖੌਫ ਨਹੀਂ, ਦਿਲਾਂ 'ਚ ਇਮਾਨ ਯਕੀਨ ਨਹੀਂ ਬਹਿੰਦਾ, ਜਿੰਨੇ ਮਰਜ਼ੀ ਬਿੱਲ ਪਾਸ ਕਰ ਲਓ, ਜਿੰਨੀ ਮਰਜ਼ੀ ਤਰਮੀਮਾਂ ਕਰ ਲਓ, ਕੁਛ ਨਹੀਂ ਬਣ ਸਕਦਾ। ਇਨਸਾਨ ਨੂੰ ਜਕਣ ਵਾਸਤੇ ਕੋਈ ਤਦਬੀਰ ਅੱਜ ਤੱਕ ਨਹੀਂ ਨਿਕਲੀ, ਜਿਹਦੇ ਪੇਚ ਕੱਸ ਦਿਓ ਤਾਂ ਬੰਦਾ ਬਣਦਾ, ਨਹੀਂ ਬਣ ਸਕਦਾ। ਇਹਨੂੰ ਠੀਕ ਕਰਨ ਵਾਲੀ ਗੱਲ ਹੈ ਕਿ ਇਹ ਦਿਲ 'ਚ ਬਹਿਦਾ, ਇਹ ਅੱਲਾ ਖਬੀਰ ਮਾਤਾ ਮਨ, ਜੋ ਕਰ ਰਿਹਾ ਜੇ ਅੱਲਾ ਨੂੰ ਉਹਦੀ ਖਬਰ ਹੈ। ਇਸ ਇੱਕ ਚੁਟਕੀ ਨਾਲ ਹੀ ਮੈਂ ਇਹ ਤਾਂਬਾ ਸੋਨਾ ਬਣ ਗਿਆ, ਅਤੇ ਜੇ ਇਹਨਾਂ ਪੜ੍ਹਾ ਲਓ ਜਿੰਨੇ ਮਰਜ਼ੀ, ਘਰ ਘਰ ਸਕੂਲ ਖੋਲ ਦਿਓ, ਹੈਂ ਐਡੇ ਐਡੇ ਬਸਤੇ ਕੁੜੀਆਂ ਮੁੰਡਿਆਂ ਨੂੰ ਚੁਕਾ ਦਿਓ, ਸਿਵਾਏ ਬਦਮਾਸ਼ ਬਣਦੇ ਕੁਛ ਵੀ ਨਹੀਂ ਬਣਨਾ। ਨੇਕੀ ਆਉਣੀ ਪਈ, ਨੇਕੀ ਦਾ ਗੁਰ ਜਿਹੜਾ ਤੁਸੀਂ ਵਿਸਾਰ ਦਿੱਤਾ, ਉਹਦੇ ਵਾਲੇ ਦੁਨੀਆਂ ਆਉਂਦੀ ਪਈ ਨਹੀਂ। ਅੱਲਾ ਨੂੰ ਮੰਨੋ, ਉਹਦੀ ਅਦਾਲਤ ਨੂੰ ਮੰਨੋ, ਫਿਰ ਹਰ ਕੋਈ ਠੀਕ ਹੈ। ਨਹੀਂ ਤਾਂ ਲਤੀਫੇ ਹੀ ਸੁਣਨੇ ਆ, ਤੁਸੀਂ ਬਹਿ ਜਾਓ, ਸਾਥੀ ਸੁਣਾਉਣਗੇ, ਫਲਾਨਾ ਹਾਜੀ ਸਾਹਿਬ ਆ, ਉਮਰੇ ਹੋ ਰਿਹਾ, ਉੱਥੇ ਮਦੀਨੇ ਸ਼ਰੀਫ ਲੋਕਾਂ ਨੂੰ ਇਫਤਾਰ ਸਾਰੀ ਹੋ ਰਹੀ ਆ, ਅਤੇ ਲੁੱਟੀ ਆਉਂਦੇ ਗੱਪੇ ਭਰ ਭਰ ਕੇ ਲੁੱਟੀ ਜਾਉਂਦੇ। ਬਈ ਵਿੱਚੋਂ ਜਦੋਂ ਯਕੀਨ ਹੀ ਰਿਹਾ, ਖੁਦਾ ਨੇ ਕਦੀ ਪੁੱਛਣਾ ਦੱਸਣਾ ਕੌਣ ਰੋਕ ਸਕਦਾ। ਜਿਹੜੇ ਮਨ ਬੈਠੇ ਕਿ ਖੁਦਾ ਨੂੰ ਹਿਸਾਬ ਦੇਣਾ, ਇਨਸਾਨ ਬਣ ਗਏ, ਕੋਈ ਉਹਨਾਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ। ਇਹ ਸਭ ਦੀ ਗੱਲ ਦੇ ਜ਼ਮਨ ਦੀ ਸੁਣ ਲਓ, ਸਨ ਸਿਕਰੋ ਜ਼ਮਾਨ 'ਚ ਕਿਤਾਬ ਹੈ, ਦੀਨ ਅੱਲਾ ਨੇ ਹਰ ਜਗ੍ਹਾ ਦੱਸਿਆ ਅਤੇ ਹਰ ਕੌਮ ਨੂੰ ਦੱਸਿਆ, ਲੋਕਾਂ ਨੇ ਬਾਅਦ ਕੋਈ ਮਿਲਾਵਟਾਂ ਕਰਤੇ ਵੱਖਰੀ ਗੱਲ। ਸ਼ਹਿਜ਼ਾਦਾ ਸੀ, ਯੂਜ਼ ਆਸਫ, ਅਯਾਸ਼ੀ, ਸ਼ਰਾਬ, ਨਾਚ, ਇਹੋ ਧੰਦੇ ਸੀ ਜਿਹੜੇ ਬਾਦਸ਼ਾਹ ਨੂੰ ਹੁੰਦੇ, ਬੁਰੇ ਸਾਥੀ ਮਿਲੇ ਸੀ। ਸਾਲ ਬਾਅਦ ਦਿਨ ਆਇਆ ਤਖ਼ਤ 'ਤੇ ਬਹਿਣ ਦਾ, ਵਜ਼ੀਰ ਅਮੀਰ ਗਵਰਨਰ ਸਾਹਿਬ ਜਮ੍ਹਾਂ ਸੀ, ਮੌਸੀਕੀ ਚੱਲ ਰਹੀ ਸੀ, ਸ਼ਰਾਬ ਦਾ ਦੌਰ ਚੱਲ ਰਿਹਾ ਸੀ, ਰੱਬ ਨੇ ਹਦਾਇਤ ਦੇਣੀ। ਉਹਨੇ ਆਖਿਆ ਸ਼ੀਸ਼ਾ ਦਿਓ, ਮੈਂ ਆਪਣਾ ਆਪ ਵੇਖਾਂ ਸਹੀ। ਸ਼ੀਸ਼ਾ ਜਿਸ ਦਿੱਤਾ, ਯੂਜ਼ਾ ਸਾਨੂੰ ਗਮਗੀਨ ਹੋ ਗਏ, ਸਾਰੇ ਘਬਰਾ ਗਏ। ਉਹਨੇ ਆਖਿਆ ਕੀ ਆ, ਬੁਲਾਇਆ ਕਮਾਂਡਰ ਜਿਹੜੇ ਖੜੇ ਸੀ, ਉਹਨੇ ਆਖਿਆ ਤੁਹਾਨੂੰ ਇੰਨੀਆਂ ਮੈਂ ਤਨਖਾਹ ਦੇਣਾ, ਕੱਲ੍ਹ ਵੀ ਦੇਣਾ। ਕਹਿਣਗੇ ਇਸੇ 'ਤੇ ਕੋਈ ਦੁਸ਼ਮਣ ਹਮਲਾ ਆਵਰ ਹੋਵੇ ਤਾਂ ਤੁੱਪ ਜਾਈਏ। ਕਹਿਣਗਾ ਦੁਸ਼ਮਣ 'ਤੇ ਹਮਲਾ ਆਵਰ ਹੋ ਗਿਆ, ਤੁਸੀਂ ਬਚਾ ਨਹੀਂ ਸਕੇ। ਜ਼ਹਿਨ ਹੀ ਰੱਬ ਨੇ ਨੂਰ ਚਮਕਾ ਦਿੱਤਾ। ਉਹਨੇ ਆਖਿਆ ਦੁਸ਼ਮਣ ਕਿਸ ਤਰ੍ਹਾਂ ਸਾਡੇ ਅੰਦਰ ਆ ਗਿਆ, ਕਿਹੜਾ ਦੁਸ਼ਮਣ? ਉਹਨੇ ਆਖਿਆ ਸ਼ੀਸ਼ੇ ਨੇ ਦੱਸ ਦਿੱਤਾ, ਯਾਰ ਵਾਲ ਬੱਗੇ ਹੋ ਗਿਆ, ਮੌਤ ਕਰੀਬ ਆ ਗਈ। ਹੁਣ ਤਾਂ ਐਵੇਂ ਚਿੱਟੇ ਹੋ ਜਾਂਦੇ ਨਾ, ਆਬ ਹਵਾ ਦਾ ਅਸਰ, ਖੁਰਾਕਾਂ ਖਰਾਬ, ਵਰਨਾ ਹਾਫਿਜ਼ ਮੁਹੰਮਦ ਲਖਵੀ ਰਹਿਮਤ ਲਾਲ ਵਾਲੀ ਗੱਲ ਸੀ ਨਾ, ਕਾਲੇ ਵਾਲ ਜਾਂ ਬੱਗੇ ਹੋਏ ਅਤੇ ਮੌਤ ਸੁਣਿਆ ਆਇਆ, ਕਰ ਕੁਝ ਫਿਕਰ ਚੱਲਣ ਦੀ, ਪਿਆਰੇ ਕਿਉਂ ਦਿਲ ਖੇਡਣ ਲਾਇਆ, ਹੈਂ ਬੁਢਾਪੇ ਦੀ ਨਿਸ਼ਾਨੀ ਹੁੰਦੀ। ਕਹਿੰਦਾ ਇਹ ਹਮਲਾ ਤਾਂ ਹੋ ਗਿਆ, ਅਲਾਮਤ ਜ਼ਾਹਰ ਹੋ ਗਈ ਵੀ ਇਹ ਕਿੰਨਾ ਚਿਰ ਐਸ਼ ਸ਼ੁਰੂ ਕਰੇਗਾ। ਉਠਾਓ ਇਹ ਸਾਰਾ ਸਮਾਨ ਸਮੂਹ, ਚੁੱਕੋ ਇੱਥੋਂ, ਢੱਡ ਸਾਲ ਦੀਆਂ ਕੋਈ ਮੌਸੀਕੀ ਨਹੀਂ, ਪੰਡਤ ਬੁਲਾਓ ਔਰ ਆਰਮ ਬੁਲਾਓ, ਮੇਰੇ ਸਾਹਮਣੇ ਵੇਦ ਪੰਗ, ਗੀਤਾ ਪੰਗ, ਖੁਦਾ ਦੀਆਂ ਕਿਤਾਬਾਂ ਮੈਨੂੰ ਸੁਣਾਉਣ। ਵਲੀ ਹੋ ਕੇ ਮਰਿਆ, ਪੂਰੀ ਕਿਤਾਬ ਹੈ, ਹੈਂ ਅਤੇ ਇਸ ਤੋਂ ਅੱਛੀ ਸਹਿਬਤ ਨਸੀਬ ਹੋ ਜਾਏ, ਮੋੜ ਹੀ ਹੁੰਦਾ ਅਤੇ ਆਦਮੀ ਵਲੀ ਬਣ ਜਾਂਦਾ। ਅਤੇ ਵਲੀ ਜਿਹੜੇ ਅਬੈਦੁੱਲਾ ਬੰਦਾ ਛੜ ਕੇ ਜਾ ਕੇ ਮੁਰਤਦ ਹੋ ਜਾਂਦੇ, ਬੁਰਿਆਣਾ ਬਹਿਣ। ਇਸ ਤੋਂ ਬੁਰੇ ਸਾਥੀ ਜਿਹੜੇ, ਉਹਨਾਂ ਤੋਂ ਅੱਲਾ ਦੀ ਪਨਾਹ ਮੰਗੋ, ਅਤੇ ਆ ਹਯਾ ਦੇ ਬਾਰੇ 'ਚ ਪਰਚਾ ਜਿਹੜਾ ਖੁਦ ਹੀ ਪੜ੍ਹੋ ਅਤੇ ਦੂਸਰਾ ਸਾਥੀਆਂ ਤੱਕ ਪਹੁੰਚਾਓ। ਥੱਲੇ ਕੁਮਾਰ ਸਾਹਿਬ ਨੇ ਸ਼ੇਰ ਵੀ ਲਿਖਿਆ, ਉਠਾ ਫਿਰ ਹੁਸੈਨ ਇਬਨ ਅਲੀ ਆ ਗੋਸ ਸੇ ਆਪਣੀ, ਇਹ ਉਸ ਰਸਾਲੇ 'ਚੋਂ ਲਿਆ। ਉਠਾ ਫਿਰ ਇੱਕ ਹੁਸੈਨ ਇਬਨ ਅਲੀ ਆ ਗੋਸ ਸੇ ਆਪਣੀ, ਬਤੂਲ ਅਸਰੇ ਹਾਜ਼ਰ ਬਨ, ਜ਼ਮੀਨ ਸੇ ਆਸਮਾਂ ਹੋ ਜਾ। ਬਾਕੀ ਫਿਰ ਔਰਤਾਂ ਨੂੰ ਬਜਾਏ ਨਾ ਕੰਜਰੀਆਂ ਨੂੰ ਮਾਡਲ ਬਣਾਉਣ ਦੇ, ਫਾਤਮਾ ਨੂੰ ਸਾਹਮਣੇ ਰੱਖਣਾ ਚਾਹੀਦਾ। ਉਠਾ ਫਿਰ ਹੁਸੈਨ ਇਬਨ ਅਲੀ ਆ ਗੋਸ ਸੇ ਆਪਣੀ, ਬਤੂਲ ਅਸਰੇ ਹਾਜ਼ਰ ਬਨ, ਜ਼ਮੀਨ ਸੇ ਆਸਮਾਂ ਹੋ ਜਾ।
अल्लाह इस तरह मेरी मावा भैन करे इस तूफान है बदतमीजी तो अल्लाह।